ਪ੍ਰਹਲਾਦ ਭਗਤ ਪ੍ਰਹਲਾਦਕ ਆਤਮ ਰਾਸਿਨ ਜਾਣਿਓ ਕਬ ਕਰ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਗੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਅਤ ਮਲੀਣ ਤੋਤਾ ਹੱਛਾ ਨਾ ਹੋਏ ਸੀ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਅਤ ਮਲੀਣ ਤੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰਾ ਹੋਏ ਸੋਜੀ ਪਾਏ ਸੀ ਏਤ ਦੁਆਰਾ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾਵੀ ਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਏ ਅੱਗੇ ਪਾਏ ਸੀ ਜੇਹ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤਿਹੁ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਮਾਨਸ ਕਿਆ ਵਿਚਾਰਾ ਤਿਹੁ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਗੁਰੂ ਪਿਆਰ ਵਾਲੀ ਧੰਨ ਧੰਨ ਗੁਰੂ ਕੀ ਸਾਧ ਸੰਗਤ ਜੀ ਆਪ ਜੀ ਅਤਿਅੰਤ ਵਡਭਾਗੇ ਹੋ ਸਮੂਹ ਸਾਧ ਸੰਗਤ ਨੇ ਰਲ ਮਿਲ ਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠਾਂ ਦੇ ਭੋਗ ਸਰਵਣ ਕੀਤੇ ਨੇ। ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਨੇ ਸਲੋਕ ਮਹੱਲੇ ਨੌਵੇਂ ਰਾਗਮਾਲਾ ਦੀ ਬਾਣੀ ਪੜ੍ਹ ਕੇ ਸਮਾਪਤੀ ਕੀਤੀ ਹੈ। ਉਪਰੰਤ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਦੇ ਜਥੇ ਨੇ ਗੁਰਬਾਣੀ ਦਾ ਬੜਾ ਰਸ ਭਿੰਨਾ ਕੀਰਤਨ ਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਸੁਣਾ ਕੇ ਸਾਨੂੰ ਸੱਚਖੰਡ ਦੇ ਨਾਲ ਜੋੜਿਆ। ਉਪਰੰਤ ਗੁਰਮੁਖ ਪਿਆਰੇ ਭਾਈ ਨੂਰਪ੍ਰੀਤ ਸਿੰਘ ਹੋਰਾਂ ਨੇ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਕੀਰਤਨ ਸਰਵਣ ਕਰਾ ਕੇ ਮਹਾਰਾਜ ਦਾ ਇਤਿਹਾਸ ਤਰੋ ਤਾਜ਼ਾ ਕਰਵਾਇਆ। ਉਪਰੰਤ ਭੈਣਾਂ ਨੇ ਦੋਨਾਂ ਨੇ ਬਹੁਤ ਰਸ ਭਿੰਨਾ ਕੀਰਤਨ ਕੀਤਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਹੁਤ ਕਿਰਪਾ ਅਪਾਰ ਬਖਸ਼ਿਸ਼ ਹੈ ਪਰਿਵਾਰ ਦੇ ਉੱਤੇ ਕਿ ਗੁਰੂ ਕੇ ਸਿੱਖ ਸਾਰੇ ਹੀ ਗੁਰਬਾਣੀ ਬੜੇ ਪ੍ਰੇਮ ਦੇ ਨਾਲ ਪੜ੍ਹਦੇ ਨੇ। ਸਾਡਾ ਮਨੁੱਖਾ ਦੇਹੀ ਦਾ ਇੱਕੋ ਇੱਕ ਪ੍ਰਯੋਜਨ ਹੈ ਸੰਸਾਰ 'ਤੇ ਆਏ ਦਾ ਕਿ ਅਸੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਪੜ੍ਹ ਕੇ ਨਾਮ ਜਪ ਕੇ ਸਮੂਹ ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਜਦੋਂ ਸੰਗਤ ਦੇ ਅੰਦਰ ਆ ਕੇ ਕੀਰਤਨ ਸੁਣੀਦਾ ਹੈ, ਕਥਾ ਵਿਚਾਰ ਗੁਰਬਾਣੀ ਦਾ ਪਾਠ ਸੁਣੀਦਾ ਹੈ, ਤਦੋਂ ਇਸ ਗੱਲ ਦਾ ਮਨ ਤੋਂ ਭਰਮ ਦੂਰ ਹੋ ਜਾਂਦਾ ਹੈ ਕਿ ਮੈਂ ਸਵੇਰੇ ਉੱਠ ਕੇ ਪਾਠ ਕਰਦਾ, ਮੈਂ ਸੰਗਤ ਕਰਦਾ, ਮੈਂ ਵੀ ਕਥਾ ਕੀਰਤਨ ਕਰ ਲੈਂਦਾ। ਸੰਗਤ ਦੇ ਅੰਦਰ ਇੱਕ ਤੋਂ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਮ ਜੀ, ਇੱਕ ਤੋਂ ਇੱਕ ਚੜ੍ਹਦੀਆਂ ਸੰਗਤ ਦੇ ਅੰਦਰ ਬੈਠੀਆਂ ਨੇ। ਉਹ ਕੀਰਤਨ ਸ਼ਬਦ ਦੇ ਨਾਲ ਮਨ ਨੂੰ ਇੰਨਾ ਜੋੜ ਦਿੰਦੀਆਂ ਹੈ, ਜਿਹੜਾ ਰਸ ਇਕਾਂਤ 'ਚ ਬੈਠ ਕੇ ਕਦੇ ਨਹੀਂ ਨਿਤਨੇਮ 'ਚ ਗੁਰਬਾਣੀ ਪਾਠ ਚਾਹੁੰਦਾ, ਉਹ ਸੰਗਤ ਦੀ ਘੜੀ ਦੇ ਅੰਦਰ ਆ ਜਾਂਦਾ। ਗੁਰੂ ਦੀ ਬੜੀ ਬਖਸ਼ਿਸ਼ ਹੈ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਹ ਪਾਵਨ ਪਵਿੱਤਰ ਬੋਲ
ਜਿਹੜੇ ਹੁਣੇ ਤਰੋ ਤਾਜ਼ਾ ਹੋਏ ਨੇ, ਅਸੀਂ ਸਾਰੀ ਸੰਗਤ ਨੇ ਸਰਵਣ ਕੀਤੇ ਨੇ। ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹਿ ਜਾਣੀਐ। ਉਹੀ ਪਾਵਨ ਪਵਿੱਤਰ ਦਿਹਾੜੇ ਚੱਲ ਰਹੇ ਨੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵਾਲੇ ਦੇ, ਜੋ ਭਾਈ ਨੂਰਪ੍ਰੀਤ ਸਿੰਘ ਜੀ ਨੇ ਸਾਨੂੰ ਸ਼ਬਦ ਸਰਵਣ ਕਰਾਏ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਐਸੀ ਪਾਵਨ ਦਿਹਾੜਿਆਂ ਵਾਲੇ ਦਿਨ ਗੁਰਤਾ ਗੱਦੀ ਛੇਵੇਂ ਪਾਤਸ਼ਾਹ ਨੂੰ ਸੌਂਪ ਕੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪ ਲਾਹੌਰ ਵਿਖੇ ਚਾਲਾ ਮਾਰਿਆ ਸੀ। ਸੱਚੇ ਪਾਤਸ਼ਾਹ ਨੇ ਸਿੱਖ ਇਤਿਹਾਸ ਦਾ ਉਹ ਪਾਵਨ ਪਵਿੱਤਰ ਪੰਨਾ ਰਚ ਦਿੱਤਾ ਜੋ ਸਮੂਹ ਖਾਲਸੇ ਪੰਥ ਨੂੰ ਸਦਾ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਦ੍ਰਿਸ਼ਟਾਂਦਾ ਹੈ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਪ ਕਾਰਨ ਕੀ ਆ, ਉਹਨਾਂ ਨੇ ਆਪਣਾ ਕਾਰਜ ਆਪ ਹੀ ਕੀਤਾ ਹੈ ਸ਼ਹਾਦਤ ਦੇਣ ਦਾ। ਲਾਹੌਰ ਵਿਖੇ ਸੱਚੇ ਪਾਤਸ਼ਾਹ ਉਹੀ ਚਾਰ ਦਿਨ ਹੁਣ ਚੱਲ ਰਹੇ ਨੇ, ਪੰਜ ਦਿਨ, ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਲਾਹੌਰ ਦੀ ਧਰਤੀ 'ਤੇ ਪਹੁੰਚੇ ਨੇ। ਪਾਪੀ ਚੰਦੂ ਦੀਵਾਨ ਨੇ ਬਾਦਸ਼ਾਹ ਜਹਾਂਗੀਰ ਨੂੰ ਕਿਹਾ, ਬਾਦਸ਼ਾਹ ਉਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੜੇ ਕਬੂਲ ਬੋਲਿਆ, ਜਿਹੜੇ ਝੂਠ ਦੀ ਦੁਕਾਨ ਚਲਾਉਂਦੇ ਨੇ ਉਹ ਲਾਹੌਰ ਵਿੱਚ ਆਏ ਹੋਏ ਨੇ, ਕਿਉਂ ਨਾ ਅਸੀਂ ਉਹਨਾਂ ਨੂੰ ਬੁਲਾ ਕੇ, ਉਹਨਾਂ ਨੇ ਅਮੀਰ ਖੁਸਰੋ ਨੂੰ ਲੰਗਰ ਦੇ ਅੰਦਰ ਪ੍ਰਸ਼ਾਦਾ ਕਿਉਂ ਛਕਾਇਆ ਸੀ, ਉਸ ਗੱਲ ਦਾ ਜਵਾਬ ਲਈਏ, ਅਤੇ ਉਹਨਾਂ ਨੇ ਇੱਕ ਆਪਣਾ ਗ੍ਰੰਥ ਰਚਿਤ ਕੀਤਾ ਹੈ, ਉਹਦਾ ਕਰ ਲਈਏ, ਟੈਕਸ ਲਈਏ, ਕਿ ਉਹ ਸਿੱਖਾਂ ਤੋਂ ਭੋਲੇ ਭਾਲਿਆਂ ਤੋਂ ਦਸਵੰਧ ਲੈਂਦੇ ਨੇ, ਮਾਇਆ ਲੈਂਦੇ ਨੇ, ਉਹ ਮਾਇਆ ਦੇ ਨਾਲ ਗੁਰੂ ਕੇ ਸਿੱਖਾਂ ਤੋਂ ਮਾਇਆ ਲੈ ਕੇ ਆਪਣਾ ਘਰ ਚਲਾਉਂਦੇ ਨੇ। ਬਾਦਸ਼ਾਹ ਜਹਾਂਗੀਰ ਰਾਜੇ ਜਿਹੜੇ ਨੇ ਕੰਨਾਂ ਦੇ ਕੱਚੇ ਹੁੰਦੇ ਨੇ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੁਲਾਇਆ ਗਿਆ ਅਤੇ ਪਹਿਲੀ ਗੱਲ ਪੁੱਛੀ, ਮਹਾਰਾਜ ਅਮੀਰ ਖੁਸਰੋ ਸਰਕਾਰ ਦਾ ਬਾਗੀ ਹੈ, ਤੁਸੀਂ ਉਹਨੂੰ ਆਪਣੇ ਲੰਗਰ ਦੇ ਅੰਦਰ ਲੰਗਰ ਵੀ ਛਕਾਇਆ ਅਤੇ ਧੰਨ ਵੀ ਦਿੱਤਾ। ਉੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਪਸ਼ਟ ਸ਼ਬਦਾਂ 'ਚ ਕਿਹਾ, ਬਾਦਸ਼ਾਹ ਗੁਰੂ ਨਾਨਕ ਦਾ ਲੰਗਰ ਇਹ ਨਹੀਂ ਦੇਖਦਾ ਬਈ ਇਹ ਰਾਜਾ ਹੈ ਕਿ ਰੰਕ ਹੈ, ਦੁਸ਼ਮਣ ਹੈ ਕਿ ਦੋਸਤ ਹੈ, ਗਰੀਬ ਹੈ ਕਿ ਅਮੀਰ ਹੈ। ਗੁਰੂ ਕਾ ਲੰਗਰ ਸਾਰੇ ਵਿਸ਼ਵ ਦੇ ਲਈ, ਸਾਰੇ ਬ੍ਰਹਿਮੰਡ ਦੇ ਲਈ ਹੈ। ਜੇ ਅਮੀਰ ਖੁਸਰੋ ਆ ਕੇ ਲੰਗਰ ਛੱਕ ਗਿਆ ਉਸ ਗੱਲ ਦੀ ਸਾਨੂੰ ਨਹੀਂ ਪਤਾ, ਜੇ ਪਤਾ ਵੀ ਹੁੰਦਾ ਤਾਂ ਅਸੀਂ ਛਕਾਉਣ ਤੋਂ ਕਦੀ ਨਾ ਨਾ ਕਰਦੇ। ਅਤੇ ਦੂਸਰੀ ਗੱਲ, ਜੇ ਅਮੀਰ ਖੁਸਰੋ ਨੇ ਆ ਕੇ ਗੁਰੂ ਘਰ ਅੱਗੇ ਫਰਿਆਦ ਮੰਗੀ ਹੈ ਮਾਇਆ ਦੀ, ਅਤੇ ਗੁਰੂ ਘਰ ਦੀ ਜਿਹੜੀ ਮਾਇਆ ਉਹ ਗਰੀਬ ਅਸਹਾਏ ਲੋਕਾਂ ਲਈ ਸੀਗੀ, ਜੇ ਉਸਨੇ ਮੰਗੀ ਹੋਏਗੀ, ਸਿੱਖਾਂ ਨੇ ਮਾਇਆ ਦੇ ਵੀ ਦਿੱਤੀ ਹੋਏਗੀ, ਉਹ ਵੀ ਕੋਈ ਗਲਤ ਨਹੀਂ ਕੀਤਾ। ਜਹਾਂਗੀਰ ਚੁੱਪ ਕਰ ਗਿਆ। ਜਹਾਂਗੀਰ ਬੋਲਿਆ, ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਮੁਹੰਮਦ ਸਾਹਿਬ ਦੀ ਸਿਫਤ ਆਪਣੇ ਗ੍ਰੰਥ ਦੇ ਅੰਦਰ ਲਿਖ ਦਿਓ, ਅਸੀਂ ਤੁਹਾਨੂੰ ਛੱਡ ਦੇਵਾਂਗੇ। ਸੱਚੇ ਪਾਤਸ਼ਾਹ ਨੇ ਕਿਹਾ, ਜਹਾਂਗੀਰ ਇਹ ਜੋ ਗ੍ਰੰਥ ਪਾਵਨ ਪਵਿੱਤਰ ਜਿਹਨੂੰ ਅਸੀਂ ਗੁਰੂ ਕੀ ਪੋਥੀ, ਗੁਰੂ ਕਾ ਗ੍ਰੰਥ ਕਹਿੰਦੇ ਹਾਂ, ਇਸ ਪਾਵਨ ਪਵਿੱਤਰ ਗ੍ਰੰਥ ਦੇ ਅੰਦਰ ਮੇਰੇ ਵੀ ਬੋਲ ਨਹੀਂ ਨੇ, ਇਹ ਤੁਰਕੀ ਬਾਣੀ ਹੈ, ਉਹ ਅਕਾਲ ਦੀ ਬਾਣੀ, ਸਾਡੀ ਰਸਨਾ ਤੋਂ ਸਤਿਗੁਰਾਂ ਨੇ ਸੇਵਾ ਲਈ ਹੈ, ਗੁਰੂ ਰਾਮਦਾਸ ਜੀ ਨੇ, ਅਸੀਂ ਸੰਪੂਰਨ ਬਾਣੀ ਭਾਈ ਗੁਰਦਾਸ ਤੋਂ ਲਿਖਾਈ ਹੈ, ਪਰ ਇਹ ਬਾਣੀ ਤੁਰਦੀ ਹੈ, ਸੱਚਖੰਡ ਤੋਂ ਆਈ ਹੈ, ਇਹਦੇ ਅੰਦਰ ਖਸਮ ਦੇ ਹੀ ਬੋਲ ਨੇ, ਕਿਸੇ ਵਿਅਕਤੀ ਦੇ ਬੋਲ ਨਹੀਂ ਨੇ, ਅਸੀਂ ਮੁਹੰਮਦ ਸਾਹਿਬ ਦੀ ਕੋਈ ਵੀ ਰਚਨਾ ਇਸ ਦੇ ਅੰਦਰ ਨਹੀਂ ਅੰਕਿਤ ਕਰ ਸਕਦੇ। ਜਦੋਂ ਸਤਿਗੁਰਾਂ ਦੇ ਬੇਖੌਫ ਉੱਤਰ ਸੁਣੇ, ਚੰਦੂ ਨੇ ਮੌਕਾ ਸੰਭਾਲਿਆ, ਕਿਉਂਕਿ ਉਸਦੀ ਲੜਕੀ ਦਾ ਰਿਸ਼ਤਾ ਪੰਜਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ, ਪੰਜਵੇਂ ਪਾਤਸ਼ਾਹ ਦੇ ਕੋਲ ਪਹੁੰਚਿਆ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲਈ ਉਹ ਰਿਸ਼ਤਾ ਜਦੋਂ ਆਇਆ, ਤੇ ਚੰਦੂ ਦੀ ਬੇਟੀ ਦਾ ਰਿਸ਼ਤਾ ਠੁਕਰਾ ਇਹ ਕਰਕੇ ਦਿੱਤਾ ਗਿਆ, ਮਹਾਰਾਜ ਗੁਰੂ ਅਰਜਨ ਦੇਵ ਜੀ ਕੋਲ ਦਿੱਲੀ ਦੇ ਸਿੱਖ ਆਏ, ਕਿਹਾ ਸਤਿਗੁਰੂ ਚੰਦੂ ਕਹਿੰਦਾ ਹੈ ਨਾਈਆਂ ਨੂੰ ਜਿਹੜੇ ਰਿਸ਼ਤਾ ਕਰਕੇ ਆਏ ਨੇ, ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਜਿਹੜਾ ਮੋਰੀ ਹੈ, ਮੋਰੀ ਮਤਲਬ ਜਿਵੇਂ ਆਪਾਂ ਬੇਸਮੈਂਟ ਲਗਾ ਲਈਏ, ਤੇ ਜਿਹੜਾ ਗੁਰੂ ਘਰ ਹੈ ਉਹ ਮੋਰੀ ਹੈ, ਤੇ ਚੰਦੂ ਆਪਣੇ ਆਪ ਨੂੰ ਚਵਾਰਾ ਕਹਿੰਦਾ, ਤੇ ਚਵਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾ ਆਏ ਹੋ, ਥੱਲੇ ਲਾ ਆਏ ਹੋ, ਜਦਕਿ ਚਵਾਰੇ ਦੀ ਇੱਟ ਉੱਤੇ ਹੀ ਲੱਗਦੀ ਹੁੰਦੀ ਹੈ। ਦਿੱਲੀ ਦੀ ਸੰਗਤ ਨੇ ਆ ਕੇ ਕਿਹਾ, ਮਹਾਰਾਜ ਇਹ ਰਿਸ਼ਤਾ ਕਦੇ ਪ੍ਰਵਾਨ ਨਾ ਕਰਨਾ, ਗੁਰੂ ਘਰ ਨੂੰ ਨੀਵਾਂ ਸਮਝਦਾ। ਗੁਰੂ ਪਾਤਸ਼ਾਹ ਮਹਾਰਾਜ ਨੇ ਸੰਗਤ ਦੀ ਗੱਲ ਨੂੰ ਵੱਡਾ ਕਰਕੇ ਚੰਦੂ ਦੀ ਬੇਟੀ ਦਾ ਰਿਸ਼ਤਾ ਠੁਕਰਾ ਦਿੱਤਾ। ਉਹ ਰਿਸ਼ਤਾ ਠੁਕਰਾਉਣ ਦੀ ਖੁਨਸ ਕਰਕੇ, ਉਹਦਾ ਬਦਲਾ ਲੈਣ ਕਰਕੇ ਜਹਾਂਗੀਰ ਨੂੰ ਬੋਲਿਆ, ਮਹਾਰਾਜ ਤੁਹਾਡੇ ਅੱਗੇ ਕਿਸ ਤਰ੍ਹਾਂ ਬੋਲਦਾ ਗੁਰੂ ਅਰਜਨ? ਇਹਦੇ ਨਾਲ ਇਹਦੇ ਪੰਜ ਸਿੱਖ ਵੀ ਆਏ ਨੇ, ਕਿਉਂ ਨਾ ਇਹਨੂੰ ਤੁਸੀਂ ਮੇਰੀ ਕੋਠੜੀ ਦੇ ਅੰਦਰ 5 ਦਿਨ ਕੈਦ ਕਰਨ ਦਾ ਹੁਕਮ ਦਿਓ, ਤੇ ਮੈਂ ਉਹ ਕੈਦ ਕਰਕੇ
ਇਹਨਾਂ ਨੂੰ ਸਾਰੇ ਸਵਾਲ ਲਵਾਂਗਾ, ਜਵਾਬ ਲਵਾਂਗਾ, ਉਪਰੰਤ ਇਹਨਾਂ ਤੋਂ ਮੈਂ ਟੈਕਸ ਕਰ ਵੀ ਲਵਾਂਗਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੰਦੂ ਨੇ ਜਹਾਂਗੀਰ ਤੋਂ ਆਗਿਆ ਲੈ ਕੇ ਆਪਣੀ ਕੋਠੜੀ ਦੇ ਅੰਦਰ ਲੈ ਗਿਆ, ਜਿੱਥੇ ਅੱਜ ਲਾਹੌਰ ਦੇ ਅੰਦਰ ਦੇਹਰਾ ਸਾਹਿਬ ਹੈ, ਜਿੱਥੇ ਮਹਾਰਾਜ ਦੀ ਸ਼ਹੀਦੀ ਹੋਈ, ਉਹਦੇ ਚੰਦੂ ਦਾ ਘਰ ਸੀਗਾ। ਸੱਚੇ ਪਾਤਸ਼ਾਹ ਮਹਾਰਾਜ ਨੂੰ ਘਰ ਲੈ ਗਿਆ, ਪੰਜ ਸਿੱਖ ਨਾਲ ਨੇ, ਬਾਬਾ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹਾ ਜੀ, ਭਾਈ ਧਿੰਗਾ ਨਾਈ ਜੀ, ਉਹ ਪੰਜੇ ਗੁਰੂ ਕੇ ਮਹਾਂਬਲੀ ਯੋਧੇ ਵੀ ਨਾਲ ਨੇ ਸਤਿਗੁਰਾਂ ਨੂੰ। ਸਭ ਤੋਂ ਪਹਿਲੇ ਦਿਨ ਚੰਦੂ ਜਦੋਂ ਆਪਣੀ ਆਈ ਤੇ ਆ ਗਿਆ, ਕਿਹਾ ਮਹਾਰਾਜ ਨੂੰ ਪਾਣੀ ਨਹੀਂ ਛਕਾਉਣਾ, ਜਲ ਨਹੀਂ ਦੇਣਾ, ਕੁਝ ਵੀ ਖਾਣ ਨੂੰ ਨਹੀਂ ਦੇਣਾ। ਉਸ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਵਿੱਚ ਕਹਿ ਬੈਠੇ ਸਨ, ਬਈ ਅਸੀਂ ਹੁਣ ਚੰਦੂ ਦੇ ਘਰ ਦੀ ਕੋਈ ਵੀ ਵਸਤੂ, ਅੰਨ ਤੇ ਆਹਾਰ ਨਹੀਂ ਛਕਾਂਗੇ, ਕਿਉਂਕਿ ਉਹਦੀ ਕਮਾਈ ਨੇਕ ਦੀ ਕਮਾਈ ਨਹੀਂ ਹੈ। ਗੁਰੂ ਕਾ ਸਿੱਖ ਉੱਥੇ ਪ੍ਰਸ਼ਾਦਾ ਕਦੀ ਵੀ ਨਹੀਂ ਛਕਦਾ ਜਿੱਥੇ ਕਮਾਈ ਨੇਕੀ ਦੀ ਨਾ ਹੋਵੇ, ਕਿਉਂਕਿ ਅੰਨ ਕਰਕੇ ਹੀ ਮਨ ਦੀ ਬਣਤ ਬਣਦੀ ਹੈ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਭੁੱਖਾ ਪਿਆਸਾ ਰੱਖਣ ਦਾ ਹੁਕਮ ਦੇ ਦਿੱਤਾ ਗਿਆ। ਸਾਈਂ ਮੀਆਂ ਮੀਰ ਉਸ ਕੋਠੜੀ ਦੇ ਅੰਦਰ ਆਇਆ। ਸਾਈਂ ਮੀਆਂ ਮੀਰ ਨੇ ਦੇਖਿਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇੜੀਆਂ 'ਚ ਬੰਨਿਆ ਹੋਇਆ, ਚੰਦੂ ਨੇ ਪੰਜੇ ਸਿੱਖਾਂ ਨੂੰ ਵੀ ਬੰਨਿਆ ਹੋਇਆ, ਤੇ ਤਿਆਰੀ ਕੁਝ ਹੋਰ ਹੀ ਲੱਗਦੀ ਹੈ। ਪੰਜਵੇਂ ਪਾਤਸ਼ਾਹ ਕੋਲ ਗਿਆ ਸਾਈਂ ਮੀਆਂ ਮੀਰ, ਕਿਹਾ ਮਹਾਰਾਜ, ਸੱਚੇ ਪਾਤਸ਼ਾਹ ਜੀ, ਆਪ ਜੀ ਕੀ ਭਾਣਾ ਵਰਤਾ ਰਹੇ ਹੋ? ਸੱਚੇ ਪਾਤਸ਼ਾਹ ਮਹਾਰਾਜ, ਕਿਹਾ ਸਾਈਂ ਜੀ, ਤੁਸੀਂ ਕੱਲ ਆ ਕੇ ਦਰਸ਼ਨ ਕਰਿਓ, ਅਸੀਂ ਤੁਹਾਨੂੰ ਸ਼ਹੀਦਾਂ ਦੀ ਨੀਂਹ ਰੱਖਣ ਦੀ ਪੂਰੀ ਉਸਾਰੀ ਦਿਖਾਵਾਂਗੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਬੋਲ ਸਾਈਂ ਮੀਆਂ ਮੀਰ ਜੀ ਹਿਰਦੇ 'ਚ ਜਾਣਗੇ। ਕਿਹਾ ਮਹਾਰਾਜ, ਆਪ ਜੀ ਹੁਕਮ ਦਿਓ, ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿੰਦੇ ਹਾਂ ਤੇ ਸਾਰੇ ਤੁਰਕਾਂ ਦਾ ਨਾਸ਼ ਕਰ ਦਿੰਦੇ ਹਾਂ। ਮਹਾਰਾਜ, ਤੁਹਾਡੀ ਦਿੱਤੀ ਬੜੀ ਤਾਕਤ ਹੈ ਸਾਡੇ ਕੋਲ, ਕਿਉਂਕਿ ਸਾਈਂ ਜੀ ਦੋ ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰਦੇ ਸਨ। ਸੱਚੇ ਪਾਤਸ਼ਾਹ, ਕਿਹਾ ਨਹੀਂ ਸਾਈਂ ਜੀ, ਤੇਰਾ ਕੀਆ ਮਿੱਠਾ ਲਾਗੇ ਵਾਲਾ ਭਾਣਾ ਹੁਣ ਵਰਤਾਉਣਾ। ਦੂਸਰਾ ਦਿਨ ਚੜਿਆ, ਚੰਦੂ ਪਾਪੀ ਨੇ ਤੱਤੀ ਤਵੀ ਤਿਆਰ ਕਰਵਾਈ, ਥੱਲੇ ਬਾਲਣ ਪਵਾਇਆ, ਪੂਰਾ ਤਵਾ ਤਪ ਗਿਆ। ਹੁਕਮ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਹਾ ਦਿੱਤਾ ਜਾਏ। ਖਾਲਸਾ ਜੀ, ਉਹ ਦੂਸਰਾ ਦਿਨ ਸੀਗਾ, ਤਕਰੀਬਨ 5 ਜੂਨ ਵਾਲੇ ਦਿਨ ਮਹਾਰਾਜ ਦੀ ਸ਼ਹੀਦੀ ਹੋਈ ਸੀ ਤੇ ਅੱਜ 30 ਮਈ ਦੇ ਕੋਲ ਦਿਨ ਪਹੁੰਚ ਗਿਆ। ਇਹ ਉਹੀ ਦਿਨ ਚੱਲ ਰਹੇ ਸੀ ਜਦੋਂ ਸਾਡੇ ਪੰਜਵੇਂ ਪਾਤਸ਼ਾਹ ਭੁੱਖੇ ਤੇ ਪਿਆਸੇ ਲਾਹੌਰ ਵਿਖੇ ਤੱਤੀ ਤਵੀਆਂ ਦੇ ਉੱਤੇ ਬੈਠਣ ਦੇ ਲਈ ਆਪਣਾ ਸੀਸ ਤਿਆਰ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾਇਆ, ਉੱਤੇ ਗਰਮ ਰੇਤਾ ਪਾਇਆ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, 84 ਸਿੱਧ, 33 ਕਰੋੜ ਦੇਵੀ ਦੇਵਤੇ ਹਾਹਾਕਾਰ ਮਚਾਈ। ਕਿਹਾ ਮਹਾਰਾਜ, ਆਹ ਕੀ ਭਾਣਾ ਵਰਤਾ ਰਹੇ ਹੋ? ਕਿਰਪਾ ਕਰ ਦਿਓ ਮਹਾਰਾਜ, ਤੁਸੀਂ ਤਾਂ ਤੱਤੀ ਤਵੀਆਂ ਠੰਡੀਆਂ ਕਰਨ ਵਾਲੇ ਹੋ, ਤਵੀ ਠੰਡੀ ਕਰ ਦਿਓ, ਨਹੀਂ ਤਾਂ ਤੁਹਾਡੀ ਦਿੱਤੀ ਤਾਕਤ ਸਾਡੇ ਕੋਲ ਹੈ, ਅਸੀਂ ਠੰਡੀ ਕਰ ਦਿੰਦੇ ਹਾਂ। ਮਹਾਰਾਜ ਨੇ ਕਿਹਾ, ਸਾਈਂ ਜੀ, ਸਾਈਂ ਮੀਆਂ ਮੀਰ ਜੀ ਨੂੰ ਸੰਬੋਧਿਤ ਹੋ ਕੇ ਕਿਹਾ, ਮਹਾਰਾਜ, ਤੋ ਕਿਆ ਹੁਆ, ਤਨ ਜਲ ਰਹਾ ਮਨ ਸ਼ਾਂਤ ਹੈ ਹਰੀ ਨਾਮ ਸੇ। ਵਾਹਿਗੁਰੂ ਦੇ ਨਾਮ ਦੇ ਨਾਲ ਸਾਡਾ ਮਨ ਸ਼ਾਂਤ ਹੈ, ਅਸੀਂ ਇਹ ਭਾਣਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ 'ਚ ਹੀ ਵਰਤਾ ਰਹੇ ਹਾਂ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਭੁੱਖੇ ਪਿਆਸੇ, ਜੇਠ ਦੀ ਧੁੱਪ, ਤਵੀ ਵੀ ਤਪ ਰਹੀ, ਰੇਤਾ ਵੀ ਤਪ ਰਿਹਾ, ਮਹਾਰਾਜ ਦੇ ਉੱਤੇ ਧੁੱਪ ਪੈ ਰਹੀ, ਲੋਹਾ ਵੀ ਤਪ ਰਿਹਾ। ਸੱਚੇ ਪਾਤਸ਼ਾਹ ਮਹਾਰਾਜ ਜੀ ਸਿਦਕ ਤੇ ਅਡੋਲ ਬੈਠੇ ਨੇ, ਪੰਜਾਂ ਸਿੱਖਾਂ ਦੇ ਅੱਖਾਂ ਦੇ ਅੰਦਰ ਖੂਨ ਦੇ ਹੰਝੂ। ਭਾਈ ਜੇਠਾ ਦੇ ਪੁਰਾਣਾ ਨੇ ਕਿਹਾ, ਮਹਾਰਾਜ, ਸਾਨੂੰ ਇਹ ਬੇੜੀਆਂ ਦੀ ਪਰਵਾਹ ਨਹੀਂ, ਅਸੀਂ ਤੁਹਾਨੂੰ ਇਸ ਤਰ੍ਹਾਂ ਸ਼ਹੀਦ ਹੁੰਦੇ ਨਹੀਂ ਦੇਖ ਸਕਦੇ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ, ਨਹੀਂ ਖਾਲਸਾ ਜੀ, ਹੁਣ ਉਹ ਸਿੱਖੀ ਦੀ ਨੀਂਹ ਤਿਆਰ ਹੋਣੀ ਹੈ ਜਿਹੜੀ ਜ਼ਬਰ ਤੇ ਜ਼ੁਲਮ ਦੀ ਹੱਦਾਂ ਨੂੰ ਤੋੜ ਕੇ ਖਾਲਸਾ ਪੰਥ ਪੈਦਾ ਕਰੇਗੀ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਤੀਸਰਾ ਦਿਨ ਆਇਆ। ਗਰਮ ਦੇਗ ਦੇ ਅੰਦਰ ਜਲ ਉਬਾਲਿਆ ਗਿਆ ਵੱਡੇ ਬਾਟੇ ਦੇ ਅੰਦਰ, ਤੇ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਉਸ ਦੇਗਚੇ ਦੇ ਅੰਦਰ ਬੈਠਣ ਦਾ ਹੁਕਮ ਚੰਦੂ ਨੇ ਕੀਤਾ। ਚੰਦੂ ਪਾਪੀ ਨੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਬਲਦੇ ਹੋਏ ਦੇਗੇ ਦੇ ਅੰਦਰ, ਜਲ ਦੇ ਅੰਦਰ ਬਿਠਾਇਆ। ਸੱਚੇ ਪਾਤਸ਼ਾਹ ਮਹਾਰਾਜ ਦੇ ਉੱਤੇ ਹੱਦ ਦੇ ਤਸੀਹੇ ਦਿੱਤੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੀ ਵੀ ਨਹੀਂ ਬੋਲੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਹੋਏ, ਗੁਰਬਾਣੀ ਦਾ ਪਾਠ ਹਿਰਦੇ 'ਚ ਹੈ। ਮਹਾਰਾਜ ਨੇ ਸਿੱਖਾਂ ਨੂੰ ਵੀ ਹੁਕਮ ਕਰ ਦਿੱਤਾ, ਕਰਾਮਾਤ ਨਹੀਂ ਦਿਖਾਉਣੀ, ਤੇ ਸਾਰਾ ਦੁੱਖ ਤੇ ਦਰਦ ਆਪਣੇ ਸਰੀਰ 'ਤੇ ਅੰਡਾ ਰਹੇ ਨੇ ਪੰਜਵੇਂ ਪਾਤਸ਼ਾਹ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ।
ਜਦੋਂ ਚੌਥਾ ਦਿਨ ਹੋਇਆ ਤੇ ਚੰਦੂ ਨੇ ਹੁਕਮ ਦਿੱਤਾ ਆਪਣੇ ਅਹਿਲਕਾਰਾਂ ਨੂੰ। ਚੰਦੂ ਕਹਿੰਦਾ ਗਊ ਦੀ ਜਿਹੜੀ ਚਮੜੀ ਹੈ ਨਾ ਉਸਨੂੰ ਘਾਲ ਦਿੱਤਾ ਜਾਵੇ, ਜਿਵੇਂ ਕਾਓ ਨੂੰ ਅਸੀਂ ਜਦੋਂ ਗਰਮ ਕਰ ਦਈਏ ਪਾਣੀ ਦੇ ਅੰਦਰ ਪਾ ਕੇ ਤੇ ਉਹਦੀ ਚਮੜੀ ਚਮੜੀ ਉੱਤੇ ਆ ਜਾਂਦੀ ਹੈ, ਉਹ ਜਿਹੜੀ ਚਮੜੀ ਸਾਰੀ ਇਕੱਠੀ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਰੀਰ ਤੇ ਲਗਾਈ ਜਾਵੇ, ਤਾਂ ਕਿ ਇਹਨਾਂ ਦਾ ਜਿਹੜਾ ਸਰੀਰ ਗਰਮ ਦੇਗ ਚ ਉਬਲਿਆ ਸੀ ਤੇ ਤੱਤੀ ਤਵੀ ਦੇ ਉੱਤੇ ਰੇਤਾ ਪਾਇਆ ਸੀ, ਉਹ ਸਾਰੇ ਸਰੀਰ ਤੇ ਗਰਮ ਚਮੜੀ ਲੱਗੇਗੀ, ਇਹਨਾਂ ਦੀ ਚਮੜੀ ਬਹੁਤ ਦਰਦ ਹੋਵੇਗੀ ਤੇ ਇਹ ਸਾਡੀ ਸਾਰੀ ਸ਼ਰਤਾਂ ਮੰਨ ਲੈਣਗੇ, ਸਾਨੂੰ ਟੈਕਸ ਵੀ ਦੇ ਦੇਣਗੇ, ਮਾਫ਼ੀ ਵੀ ਮੰਗ ਲੈਣਗੇ, ਮੁਹੰਮਦ ਸਾਹਿਬ ਦੀ ਬਾਣੀ ਵੀ ਦਰਜ ਕਰਾ ਲੈਣਗੇ। ਪਰ ਪੰਜਵੇਂ ਪਾਤਸ਼ਾਹ ਨੂੰ ਜਦੋਂ ਇਹ ਗੱਲ ਪਤਾ ਲੱਗੀ ਵੀ ਸਾਡੇ ਕਰਕੇ ਕਿਸੇ ਗਊ ਦਾ ਕਤਲ ਹੋਵੇਗਾ, ਪੰਜਵੇਂ ਪਾਤਸ਼ਾਹ ਨੇ ਭਾਈ ਜੇਠੇ ਨੂੰ, ਭਾਈ ਪੁਰਾਣੇ ਨੂੰ, ਭਾਈ ਵਿਧੀ ਚੰਦ ਨੂੰ ਹੁਕਮ ਦਿੱਤਾ ਕਿ ਤੁਸੀਂ ਚੰਦੂ ਨੂੰ ਕਹੋ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ ਉਹਨਾਂ ਨੇ ਇਸ਼ਨਾਨ ਕਰਨਾ। ਚੰਦੂ ਇਹ ਗੱਲ ਸੁਣ ਕੇ ਬੜਾ ਖੁਸ਼ ਹੋਇਆ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਸਰੀਰ ਦੇ ਉੱਤੇ ਕੋਈ ਬਰਨ ਦਾ ਨਿਸ਼ਾਨ ਹੋਵੇ ਜਾਂ ਜਿੱਥੇ ਸਰੀਰ ਜਲਿਆ ਹੋਵੇ ਉੱਥੇ ਜੇ ਠੰਡਾ ਪਾਣੀ ਪੈ ਜਾਵੇ ਤੇ ਹੋਰ ਚੀਸਾਂ ਮਾਰਦਾ। ਚੰਦੂ ਨੇ ਸੋਚਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਸਰੀਰ ਦੇ ਉੱਤੇ ਇੰਨੇ ਫੁੱਲੇ ਹੋ ਗਏ ਨੇ ਪਾਣੀ ਦੇ, ਜਿਸ ਕਰਕੇ ਮਹਾਰਾਜ ਦਾ ਸਰੀਰ ਸਾਰਾ ਛਾਲੇ ਛਾਲੇ ਹੋਇਆ ਪਿਆ, ਜਦੋਂ ਇਹ ਜਲ 'ਚ ਜਾਣਗੇ ਇਹਨਾਂ ਨੂੰ ਹੋਰ ਤਕਲੀਫ ਹੋਵੇਗੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦਾ ਭੇਜ ਦਿਉ ਜਲ ਦੇ ਅੰਦਰ ਇਸ਼ਨਾਨ ਕਰਨ ਦੇ ਲਈ ਰਾਵੀ ਦੇ ਅੰਦਰ। ਪੰਜਵਾਂ ਦਿਨ ਚੜ੍ਹਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੋਢਿਆਂ ਤੋਂ ਭਾਈ ਜੇਠੇ ਨੇ ਤੇ ਭਾਈ ਪੁਰਾਣੇ ਨੇ ਚੱਕਿਆ ਹੋਇਆ। ਸੱਚੇ ਪਾਤਸ਼ਾਹ ਦਾ ਸਰੀਰ ਨਿਟਾਲ ਹੋ ਗਿਆ, ਤਾਕਤ ਨਹੀਂ ਰਹੀ, ਪੰਜ ਦਿਨ ਤੋਂ ਕੁਛ ਛਕਿਆ ਨਹੀਂ, ਨਾ ਸਿੰਘਾਂ ਨੇ ਨਾ ਪਾਤਸ਼ਾਹ ਨੇ। ਚੰਦੂ ਦੀ ਨੂੰਹ ਜੋ ਸਿੱਖਾਂ ਦੀ ਬੇਟੀ ਸੀ ਉਹ ਮਹਾਰਾਜ ਦੇ ਕੋਲ ਆਈ, ਕਿਹਾ ਮਹਾਰਾਜ ਆਪਣੇ ਸਾਰੇ ਗਹਿਣੇ ਗੱਟੇ ਅਹਿਲਕਾਰਾਂ ਨੂੰ ਦੇ ਕੇ ਸਤਿਗੁਰਾਂ ਨੂੰ ਮਿਲਣ ਦੀ ਲਈ ਆਗਿਆ ਲਈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੀ ਮਹਾਰਾਜ ਮੈਂ ਸਿੱਖਾਂ ਦੀ ਧੀਆਂ, ਪਾਪੀਆਂ ਦੇ ਘਰ ਆ ਕੇ ਮੇਰਾ ਨਾਤਾ ਹੋਇਆ, ਮੈਂ ਬੜੀ ਮਾਫ਼ੀ ਚਾਹੁੰਦੀ ਹਾਂ ਪਾਤਸ਼ਾਹ, ਇਹਨਾਂ ਨੇ ਤੁਹਾਡੇ ਸਰੀਰ ਦੀ ਬੇਅਦਬੀ ਕੀਤੀ ਹੈ, ਤੁਸੀਂ ਕਿਰਪਾ ਕਰ ਦਿਓ ਮਹਾਰਾਜ ਮੈਨੂੰ ਵੀ ਆਪਣੇ ਨਾਲ ਸੱਚਖੰਡ ਲੈ ਜਾਓ। ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਤਾਂ ਭਾਣਾ ਵਰਤਾਉਣਾ ਹੈ, ਕਿਰਪਾ ਕਰਕੇ ਮੈਨੂੰ ਇਹਦਾ ਪਾਪ ਦਾ ਭਾਗੀ ਨਾ ਬਣਾਓ ਪਰਿਵਾਰ ਦਾ, ਮੈਂ ਵੀ ਤੁਹਾਡੇ ਨਾਲ ਸਰੀਰ ਛੱਡਣਾ ਹੈ ਅਤੇ ਮਹਾਰਾਜ ਮੈਂ ਤੁਹਾਡੇ ਲਈ ਆਹ ਮਿੱਠਾ ਜਲ ਬਣਾ ਕੇ ਲਿਆਈ ਹਾਂ। ਖਾਲਸਾ ਜੀ, ਅੱਜ ਪੰਜਾਬ ਦੇ ਅੰਦਰ ਵੀ ਹੋਰ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਜਿਹੜੇ ਛਬੀਲ ਦੇ ਲੰਗਰ ਚੱਲਦੇ ਨੇ ਉਹ ਚੰਦੂ ਦੀ ਨੂੰਹ ਪਾਤਸ਼ਾਹ ਦੇ ਲਈ ਠੰਡਾ ਜਲ ਲੈ ਕੇ ਆਈ ਸੀਗੀ ਪੀਣ ਵਾਸਤੇ, ਪਰ ਮਹਾਰਾਜ ਨੇ ਕਿਹਾ ਵੀ ਅਸੀਂ ਪ੍ਰਣ ਕੀਤਾ ਹੈ ਅਸੀਂ ਕੁਝ ਵੀ ਚੰਦੂ ਦੇ ਘਰ ਦਾ ਨਾ ਛਕਾਂਗੇ ਅਤੇ ਨਾ ਹੀ ਕੁਝ ਜਲ ਅੰਗੀਕਾਰ ਕਰਾਂਗੇ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਲ ਤੋਂ ਮਨਾ ਕਰ ਦਿੱਤਾ ਪਰ ਕਿਹਾ ਬੀਬੀ ਤੇਰੀ ਸੇਵਾ ਪ੍ਰਵਾਨ ਹੈ, ਰਹਿੰਦੀ ਦੁਨੀਆਂ ਤੱਕ ਜਦ ਤੱਕ ਸਾਡਾ ਇਤਿਹਾਸ ਵਿਚਾਰਿਆ ਜਾਏਗਾ ਅਤੇ ਤੇਰੀ ਸੇਵਾ ਦਾ ਵੀ ਜ਼ਿਕਰ ਜ਼ਰੂਰ ਹੋਵੇਗਾ। ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਉੱਥੇ ਆ ਜ਼ਿਕਰ ਕੀਤਾ ਕਿ ਚੰਦੂ ਦੀ ਨੂੰਹ ਜਦੋਂ ਜਲ ਲੈ ਕੇ ਆਈ ਮਹਾਰਾਜ ਨੇ ਵਰ ਦਿੱਤਾ। ਅੱਜ ਇੱਕ ਟੋਲਾ ਉਹ ਵੀ ਚੱਲ ਪਿਆ ਜਿਹੜਾ ਛਬੀਲਾਂ ਨੂੰ ਨਿੰਦਣ ਲੱਗ ਪਿਆ। ਖਾਲਸਾ ਜੀ, ਉਹ ਕਿਸੇ ਮਾਤਾ ਦੀ ਭਾਵਨਾ ਸੀਗੀ, ਉਹਨੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਣ ਤੋਂ ਪਹਿਲਾਂ ਮਹਾਰਾਜ ਨੂੰ ਜਲ ਛਕਾਉਣ ਦੀ ਭਾਵਨਾ ਰੱਖੀ ਸੀ, ਉਸ ਕਰਕੇ ਮਹਾਰਾਜ ਦੀ ਅੱਜ ਤੱਕ ਛਬੀਲਾਂ ਚੱਲਦੀਆਂ ਨੇ। ਪੰਜਵੇਂ ਪਾਤਸ਼ਾਹ ਰਾਵੀ ਦੇ ਕੰਢੇ 'ਤੇ ਪਹੁੰਚੇ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਉਧਰੋਂ ਇੱਕ ਕੋਈ ਪਿਆਰਾ ਫਿਰੰਦਾ ਲੈ ਕੇ ਜਾ ਰਿਹਾ ਸੀਗਾ ਅਤੇ ਉਸ ਤੋਂ ਮਹਾਰਾਜ ਨੇ ਮਾਰੂ ਰਾਗ ਦਾ ਸ਼ਬਦ ਸੁਣਿਆ। ਮਾਰੂ ਰਾਗ ਦਾ ਸ਼ਬਦ ਸੁਣ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਰੀਰ ਰਾਵੀ ਦੇ ਅੰਦਰ ਸਪੁਰਦ ਕਰਨ ਦਾ ਪੂਰਾ ਮਨ ਪੱਕਾ ਬਣਾ ਲਿਆ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਹੁਣ ਸ਼ਹਾਦਤ ਦੇ ਲਈ ਆਪਣਾ ਪਹਿਲਾ ਕਦਮ ਰਾਵੀ ਦਰਿਆ ਦੇ ਅੰਦਰ ਜਾਣ ਲਈ ਪੁੱਟਣ ਲੱਗੇ, ਮਹਾਰਾਜ ਨੇ ਆਪਣਾ ਸਰੀਰ ਸਾਵਧਾਨ ਕਰ ਲਿਆ। ਸੱਚੇ ਪਾਤਸ਼ਾਹ ਨੇ ਪੰਜਾਂ ਸਿੰਘਾਂ ਨੂੰ ਸਾਹਮਣੇ ਖੜਾ ਕੀਤਾ ਅਤੇ ਇੱਕ ਉਹ ਬਚਨ ਕਰ ਦਿੱਤਾ ਜਿਸ ਨੇ ਖਾਲਸੇ ਪੰਥ ਦੇ ਇੱਕ ਇੱਕ ਰੋਮ ਦੇ ਅੰਦਰ ਜਜ਼ਬਾ ਭਰ ਦਿੱਤਾ। ਪੰਜਵੇਂ ਪਾਤਸ਼ਾਹ ਮਹਾਰਾਜ ਬਚਨ ਕਿਹਾ ਭਾਈ ਜੇਠਾ ਜੀ, ਭਾਈ ਵਿਧੀ ਚੰਦ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹਾ ਜੀ, ਭਾਈ ਧੰਨਾ ਜੀ, ਜਾ ਕੇ ਮੇਰੇ ਪੁੱਤਰ ਹਰਗੋਬਿੰਦ ਨੂੰ ਕਹਿਓ ਸਭ ਤੋਂ ਪਹਿਲੇ ਸਾਡੀ ਸ਼ਹਾਦਤ ਦਾ ਬਦਲਾ ਲੈਣਾ ਹੈ, ਚੰਦੂ ਨੂੰ ਨਾਥੇ ਨਥੇਲ ਪਾ ਕੇ ਮੌਤ ਦੇ ਘਾਟ ਉਤਾਰਨਾ ਹੈ ਅਤੇ ਦੂਸਰੀ ਗੱਲ ਇੱਕ ਅਕਾਲ ਤਖਤ ਸਾਹਿਬ ਦੀ ਰਚਨਾ ਕਰਨੀ ਹੈ ਜਿਸ ਦੇ ਉੱਤੇ ਬੈਠ ਕੇ ਸਾਰੇ ਦੁਨਿਆਵੀ ਸਮਾਜਿਕ ਅਧਿਆਤਮਕ ਨਿਰਣੇ ਲੈਣੇ ਨੇ, ਸਿੱਖ ਸੰਗਤ ਨੂੰ ਗੁੰਮਰਾਹ ਹੋਣ ਤੋਂ ਬਚਣ ਦੇਣਾ ਅਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਖ਼ਤ 'ਤੇ ਬਿਠਾ ਕੇ ਦੋ ਤਰਫ ਕਿਰਪਾਨਾਂ ਪਾਣੀਆਂ ਨੇ
एक मीरी दी एक पीरी दी, दोनों कृपाना गात्रे पवा के संगत नूं हुकम करना है कि वह घोड़े ते शस्त्र लैके आण ते साडा इह बचन जा के गुरु हरगोबिंद साहिब नूं सुना के गुरता गद्दी ते बाबा बुढ़ा जी तों तिलक लगवा के बिठाणा है। पंजवें पातशाह की शहादत तो बाद जदों पंजवें पातशाह ने अपना बचन किया, महाराज ने अपना शरीर रावी दरिया के अंदर सपुरद किया, महाराज वापस नहीं आए। सतगुरु सच्चे पातशाह अकाल पुरख वाहिगुरु के चरणों के अंदर लीन हो गए, गुरु रामदास महाराज के चरणों च लीन हो गए। दसवें पातशाह ने श्री दसम गुरु ग्रंथ साहिब बचन किया है। सच्चे पातशाह ने कहा, भिन्न भिन्न सब हूं कर जाना, एक रूप किन्हूं पहचाना, जिन जाना तिन ही सिद्ध पाई, बिन समझे सिद्ध हाथ ना आई, रामदास हर स्यों मिल गए, गुरता देत अर्जन भये, जब अर्जन प्रभ लोक सिधारे, हरि गोबिंद तह ठां बैठा रे। पंजवें पातशाह तो बाद यह बचन जा के वीर रसी जदों पंजवें पातशाह की शहादत तो बाद पांच सिंह लाहौर तो चंदू ने रिहा करते वापस सारा शहीदी प्रसंग जा के श्री अमृतसर साहब की धरती से सुनाया। पंजवें पातशाह महाराज का प्रसंग सुन के छेवें पातशाह महाराज ने नेत्र लाल करके बचन किते, डोले फड़कांदिया होया कहा, बाबा बुढ़ा जी साढ़े गात्रे के अंदर वह कृपाना पा दिओ कि दुश्मनों के सीस वढ वढ के अकाल तख्त साहब के चरणों सुट देंगे। सच्चे पातशाह महाराज तख्त ते भी बैठे, मीरी पीरी की कृपाना भी सजाइया, महाराज ने चंदू नूं नथेल पा के नक् दे अंदर चंडाला दे नाल रखते हुए जुत्तियां मारते हुए दिल्ली तो लैके उसी पड़कुंजे ने जिसने रेत पाई सी पंजवें पातशाह दे उत्ते उसी तो गमछा मरवाया सी सिर दे उत्ते चंदू दी टिंड ते, ते चंदू दी मौत होई सी। ते छेवें पातशाह ने अपना उपरण पूरा कीता सी, वो बड़ा लंबा इतिहास है, फिर किसी दिन महाराज कृपा करन ते विचारांगे। सो पंजवें पातशाह दी शहीदी का दिन भी 5 जून नूं आ रहा, संगत जी असीं अपने बच्चियां नूं इतिहास जरूर पढ़ाईए, क्योंकि जे असीं इतिहास पढ़ांगे जे साड़ी यंग जनरेशन इतिहास नाल जुड़ेगी असीं कदे भी गुरु महाराज की सिक्खी तो मनुकर नहीं होवांगे। गुरु पातशाह ने अपने छोटे साहबजादे साडे लई कतल करा दिते, चमकौर की गड़िया के अंदर नीहां के अंदर शहीद होए, पर उन्होंने उफ नहीं उचारी। असीं अपने बच्चों गुरबाणी के नाल जोड़िए, महाराज की गुरबाणी महारस है। अज वैसटर्न कल्चर अडोप्ट करने वाले बच्चे आ समझते ने सारे, तुसी तो गुरसिख बच्चे बैठे हो, तुसी शायद मेरी गल नूं पकड़ चाहे तुहाडी कि वह आनंद लभ रहे ने क्लबां दे अंदर होर नशे वाले पदार्थों के अंदर, पर गुरु की बाणी महारस है। जिहड़े व्यक्ति नूं गुरबाणी के अंदरों रस आ जांदा है ना, ये रस छाज वह रस नहीं पावा, फिर कोई भी रस जिहड़ा है होर चंगा ही नहीं लगता। ते नाम दे रस दे अंदर फिर वह आनंद है, वह खुमारी है जिसने सारे दुख दे झोरे ला लेने। हुणे भैण जी होरी शब्द पढ़ रहे सी कि साधु की संगत दे नाल नाम की प्राप्ति होई ते जन्म मरण भी कटिया गया, वह किन्ना अमोलक बचन है, उन्होंने प्रमाण चलाया सी शब्द च, जे साधु की संगत हो जाए नाम की प्राप्ति हो जाए फिर सिक्खी की उचाइया नूं गुरु का सिख प्राप्त हुंदा है। गुरसिखी के अंदर जिहड़ी कमाई है वह गुरु की कृपा है, साधु का संग है, संगत की अरदास है। गुरसिख की अपनी कमाई कदे भी गुरु महाराज के नाल नहीं उन्हें मिला सकती, केवल गुरु की संगत की अरदास, साधु का संग, गुरु ग्रंथ साहिब महाराज की कृपा उन्हें गुरु के नाल मिला सकती है। इन्ने को वचन खालसा जी प्रवान करने। भाई साहब होर ने बड़े प्रेम के नाल सिंघां नूं 3 दिन अखंड पाठ साहब की सेवा दी, सारे सिंघां ने वो सेवा पुरजोर बड़े प्रेम के नाल निभाई है। भाई साहब सारा जत्था मिल के गुरद्वारा सकारपुर तो आया, उन्होंने बड़े प्रेम के नाल सारी सेवा निभाई है। खालसा जी यह परिवार बड़े वड्डे भागां दा, बहुत वड्डे भागां दी निशानी है परिवार के उत्ते जिन्होंने सिंघां दी सेवा की थी। कलगीधर पातशाह ने जंगल के अंदर भाई मां सिंह नूं इह बचन कहे सन, मां सिंह जी क्या महाराज हुण असीं 3 ही सिंह जंगल च रह गए हाँ, एक भाई दया सिंह, भाई धर्म सिंह, भाई मान सिंह, महाराज सानू भी पिछे सरकार लगी है। तो सच्चे पातशाह महाराज तुहाडी खुशी लैनी होवे तो की करिए। सच्चे पातशाह कहा, खालसा जी जे मेरी खुशी लैनी होवे ना तो 5 सिंघां नूं प्रशादा छका लिओ जी, उन्हां तों अरदास कराए, सारे काज सिद्ध होणगे। क्या महाराज जंगल के अंदर तो हुण असीं 3 रह गए हाँ, महाराज कहिंदे कोई गल नहीं,
ਜੇ ਕੋਈ ਖਾਲਸੇ ਨੂੰ ਰਹਿਤ ਬੈਤਲੇ ਨੂੰ ਇੱਕ ਨੂੰ ਵੀ ਪ੍ਰਸ਼ਾਦਾ ਛਕਾ ਦੇਵੇ ਜਿਹੜਾ ਨਿਤਨੇਮੀ ਹੋਵੇ ਨਾਮ ਜਪਦਾ ਹੋਵੇ ਗੁਰੂ ਕਾ ਸਿੱਖ ਸੰਪੂਰਨ ਹੋਵੇ ਉਹਦੀ ਵੀ ਸਾਰੀ ਭਾਵਨਾਵਾਂ ਪੂਰੀਆਂ ਹੋਣਗੀਆਂ। ਮਹਾਰਾਜ ਹੁਣ ਜੇ ਸਿੰਘ ਇਕੱਲਾ ਹੀ ਹੋ ਜਾਵੇ ਕੋਈ ਵੀ ਨਾ ਹੋਵੇ ਤੇ ਸੱਚੇ ਪਾਤਸ਼ਾਹ ਮਹਾਰਾਜ ਕਿਹਾ ਉਹ ਰਹਿਤਨਾਮੇ ਵਾਲਾ ਰਹਿਤਨਾਮਿਆਂ ਦੇ ਚੱਲਣ ਵਾਲਾ ਨਿਤਨੇਮੀ ਨਾਮ ਜਪਣ ਵਾਲਾ ਗੁਰਸਿੱਖ ਸ਼ੀਸ਼ੇ ਦੇ ਅੰਦਰ ਦਰਸ਼ਨ ਕਰਕੇ ਆਪ ਪ੍ਰਸ਼ਾਦਾ ਛਕ ਲਵੇ ਅਰਦਾਸ ਕਰਕੇ ਉਹ ਵੀ ਪ੍ਰਸ਼ਾਦਾ ਸਾਡੇ ਤੱਕ ਪਹੁੰਚਦਾ। ਆਖਣਾ ਕਰੋ ਸਤਨਾਮ ਸੱਚੇ ਪਾਤਸ਼ਾਹ ਮਹਾਰਾਜ ਦੀ ਸਿੱਖੀ ਖਾਲਸਾ ਜੀ ਐਸੀ ਹੈ ਉਹਦਾ ਕੋਈ ਸੱਚੇ ਪਾਤਸ਼ਾਹ ਦੀ ਸਿੱਖੀ ਦੀ ਮਿਣਤੀ ਗਿਣਤੀ ਨਹੀਂ ਹੈ ਉਹ ਪ੍ਰੇਮ ਦੀ ਖੇਡ ਹੈ ਜਿਹੜਾ ਪ੍ਰੇਮ ਨੂੰ ਪ੍ਰਾਪਤ ਹੁੰਦਾ ਉਹ ਸਿੱਖੀ ਨੂੰ ਪ੍ਰਾਪਤ ਹੁੰਦਾ। ਸੋ ਇੰਨੇ ਕੁ ਬਚਨ ਪ੍ਰਵਾਨ ਕਰਨੇ ਰਹਾਓ ਵਾਲੀ ਪੰਕਤੀ ਤੱਕ ਵਿਚਾਰ ਕਰਕੇ ਸਮਾਪਤੀ ਕਰਦੇ ਹਾਂ। ਸੂਹੀ ਮਹੱਲਾ ਪਹਿਲਾ ਸੂਹੀ ਰਾਗ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਹੈ। ਇਸ ਪਾਠ ਦਾ ਸ਼ੁੱਧ ਉਚਾਰਨ ਮਹੱਲਾ ਕਰਨਾ ਮਹਿਲਾ ਨਹੀਂ ਕਰਨਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਉਸਦਾ ਹਿਰਦੇ ਰੂਪ ਭਾਂਡਾ ਉਹੀ ਪਵਿੱਤਰ ਹੋ ਸਕਦਾ ਜਿਸ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਕਿਰਪਾ ਦੇ ਨਾਲ ਪਵਿੱਤਰ ਕਰਦੇ ਨੇ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ ਤੇ ਜਿਹੜਾ ਭਾਂਡਾ ਹੈ ਉਹ ਸਾਡੇ ਪੂਰਵਲੇ ਜਨਮਾਂ ਦੀ ਪਾਪਾਂ ਦੇ ਕਰਕੇ ਬਹੁਤ ਮੈਲ ਹੈ। ਜੇ ਅਸੀਂ ਆਪਣਾ ਯਤਨ ਕਰੀਏ ਅਸੀਂ ਉਹਨੂੰ ਪਵਿੱਤਰ ਕਰ ਲਈਏ ਗੁਰੂ ਪਾਤਸ਼ਾਹ ਕਹਿੰਦੇ ਤੂੰ ਉਸ ਭਾਂਡੇ ਨੂੰ ਪਵਿੱਤਰ ਨਹੀਂ ਕਰ ਸਕਦਾ। ਤੇ ਮਹਾਰਾਜ ਉਹ ਭਾਂਡਾ ਪਵਿੱਤਰ ਹੋਣਾ ਕਿਸ ਤਰ੍ਹਾਂ ਹੈ? ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਜਦੋਂ ਤੂੰ ਗੁਰੂ ਦੇ ਦਰ ਤੇ ਆਵੇਂਗਾ ਇੱਥੇ ਗੁਰੂ ਦੁਆਰੇ ਦਾ ਅਰਥ ਕੇਵਲ ਗੁਰਦੁਆਰਾ ਸਾਹਿਬ ਜਾਣ ਲੈਣ ਨਹੀਂ ਹੈ ਵੀ ਜੋੜੇ ਲਾਏ ਹੱਥ ਧੋਏ ਤੇ ਗੁਰਦੁਆਰੇ ਜਾ ਕੇ ਬਹਿ ਗਏ ਤੇ ਸੋਝੀ ਹੋ ਗਈ। ਉੱਥੇ ਜਾ ਕੇ ਜਿਵੇਂ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਦਾ ਜੱਥਾ ਕੀਰਤਨ ਸਰਵਣ ਕਰਾਉਂਦਾ ਉਹ ਕੀਰਤਨ ਦੇ ਅੰਦਰ ਕੀ ਸ਼ਬਦ ਚੱਲ ਰਿਹਾ ਉਹ ਸਰਵਣ ਕਰਨਾ ਉਹ ਸ਼ਬਦ ਸਰਵਣ ਕਰਕੇ ਆਪਣੇ ਮਨ ਨੂੰ ਦੀ ਕਸੋਟੀ ਤੇ ਲਾਣਾ ਵੀ ਜੋ ਗੁਰਬਾਣੀ ਕਹਿ ਰਹੀ ਹੈ ਮੈਂ ਉਸ ਤੇ ਪ੍ਰਪੱਕ ਉਤਰ ਰਿਹਾ। ਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਉਹ ਸੋਝੀ ਨੂੰ ਪ੍ਰਾਪਤ ਗੁਰੂ ਪਾਤਸ਼ਾਹ ਮਹਾਰਾਜ ਕਰਵਾ ਦਿੰਦੇ ਨੇ। ਏਤ ਦੁਆਰਾ ਧੋਏ ਹੱਛਾ ਹੋਏ ਸੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਵੀ ਕਮਾ ਕੇ ਉਹ ਮਨ ਹਿਰਦਾ ਪਵਿੱਤਰ ਹੋ ਜਾਂਦਾ ਤੇ ਸੋਝੀ ਪ੍ਰਾਪਤ ਹੋ ਜਾਂਦੀ ਹੈ ਵੀ ਗੁਰੂ ਕੇ ਨਾਮ ਦੇ ਅੰਦਰ ਹੀ ਮੇਰਾ ਕਲਿਆਣ ਹੈ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਜਿਹੜਾ ਕੋਈ ਮੈਲਾ ਹੈ ਕਿਹੜਾ ਪਵਿੱਤਰ ਹੈ ਉਹ ਗੁਰੂ ਪਾਤਸ਼ਾਹ ਮਹਾਰਾਜ ਦੱਸ ਦਿੰਦੇ। ਹੁਣ ਅਸੀਂ ਸਾਰੇ ਗੁਰੂ ਕੇ ਸਿੱਖ ਬੈਠੇ ਹਾਂ ਨਾਮ ਧਰੀਕ ਸਾਨੂੰ ਗੁਰੂ ਨੇ ਦੱਸ ਦਿੱਤਾ ਵੀ ਇਹ ਚੰਗਾ ਰਾਹ ਹੈ ਕਿਹਨੂੰ ਨਹੀਂ ਪਤਾ ਸ਼ਰਾਬ ਪੀਣੀ ਮਾੜੀ ਹੈ ਤੰਬਾਕੂ ਦਾ ਸੇਵਨ ਮਾੜਾ ਪਰ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਸੋਝੀ ਦੇ ਦਿੰਦੇ ਨੇ ਉੱਧਰ ਜਾਂਦੇ ਹੀ ਨਹੀਂ ਸਾਡੇ ਵੱਲ ਨਾ ਉਹ ਆਉਂਦੇ ਨੇ ਨਾ ਅਸੀਂ ਉਹਨਾਂ ਵੱਲ ਜਾਈਏ ਗੁਰੂ ਮਹਾਰਾਜ ਨੇ ਸਾਨੂੰ ਬਚਾ ਲਿਆ ਹੈ। ਤੇ ਮਹਾਰਾਜ ਕਹਿੰਦੇ ਮੈਲੇ ਤੇ ਹੱਛੇ ਦਾ ਮੈਲੇ ਤੇ ਪਵਿੱਤਰ ਦਾ ਵਿਚਾਰ ਜਿਹੜਾ ਹੈ ਉਹ ਤੁਸੀਂ ਆਪ ਦੇਣ ਵਾਲੇ ਹੋ ਮਤ ਕੋ ਜਾਣੈ ਜਾਏ ਅੱਗੇ ਪਾਏ ਸੀ ਆਪਣੇ ਯਤਨਾਂ ਕਰਕੇ ਕੋਈ ਇਹ ਨਾ ਸਮਝੇ ਕਿ ਮੈਂ ਪਰਮਾਤਮਾ ਨੂੰ ਪਾ ਲਵਾਂਗਾ ਅੱਗੇ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਜਿਹੇ ਕੋਈ ਕਰਮ ਕਮਾਉਂਦਾ ਹੈ ਉਸਨੂੰ ਵੈਸੀ ਹੀ ਅੱਗੇ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਜੇ ਚੰਗੇ ਕਰਮ ਕਰੇਗਾ ਉਸਨੂੰ ਲੋਕੀ ਕਹਿਣਗੇ ਬੜਾ ਚੰਗਾ ਭਲਾ ਪੁਰਸ਼ ਹੈ ਦੇਵਤਾ ਹੈ ਜੇ ਕੋਈ ਮਾੜੇ ਕਰਮ ਕਰੇਗਾ ਉਸਨੂੰ ਦਾਨਵ ਰਾਕਸ਼ ਕਹਿ ਕੇ ਸੰਸਾਰ ਦੇ ਉੱਤੇ ਨਿੰਦਾ ਹੋਵੇਗੀ। ਤੇ ਮਹਾਰਾਜ ਕਹਿ ਰਹੇ ਨੇ ਉਹਦੇ ਬਾਅਦ ਸੱਚੇ ਪਾਤਸ਼ਾਹ ਅੰਮ੍ਰਿਤ ਹਰ ਕਾ ਨਾਉਂ ਆਪ ਵਰਤਾਏ ਸੀ ਤੇ ਗੁਰੂ ਪਾਤਸ਼ਾਹ ਜਦੋਂ ਪੰਜ ਚੂਲੇ ਅੰਮ੍ਰਿਤ ਦੇ ਕੇ ਨੇਤਰਾਂ 'ਚ ਅੰਮ੍ਰਿਤ ਪੰਜ ਵਾਰੀ ਪਾ ਕੇ ਕੇਸਾਂ 'ਚ ਪਾ ਕੇ ਜੋ ਗੁਰੂ ਪਾਤਸ਼ਾਹ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੰਦੇ ਨੇ ਉਹ ਅੰਮ੍ਰਿਤ ਨਾਮ ਵਾਹਿਗੁਰੂ ਦਾ ਪ੍ਰਾਪਤ ਕਰਕੇ ਉਸ ਅੰਮ੍ਰਿਤ ਨਾਮ ਦੇ ਨਾਲ ਆਪਣੇ ਜੀਵਨ ਦੇ ਅੰਦਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਨਾਮ ਵੀ ਜਪਣਾ ਗੁਰੂ ਕੀ ਬਾਣੀ ਵੀ ਪੜ੍ਹਨੀ। ਅੱਜ ਖਾਲਸਾ ਜੀ ਤੁਸੀਂ ਵੀ ਸਾਰੇ ਪੜ੍ਹੇ ਲਿਖੇ ਬੱਚੇ ਬੈਠੇ ਹੋ ਇਹ ਗੱਲ ਜ਼ਰੂਰ ਚੇਤੇ ਰੱਖਿਓ ਜੇ ਤੁਸੀਂ ਸੰਸਾਰ ਦੇ ਅੰਦਰ ਦੁਨਿਆਵੀ ਤਰੱਕੀ ਚਾਹੁੰਦੇ ਹੋ ਵਿੱਦਿਆ ਦਾ ਬੜਾ ਉੱਚਾ ਪੱਧਰ ਚਾਹੁੰਦੇ ਹੋ ਮਾਤਾ ਪਿਤਾ ਦੇ ਆਗਿਆਕਾਰੀ ਬਣਨਾ ਚਾਹੁੰਦੇ ਹੋ ਅੰਮ੍ਰਿਤ ਵੇਲਾ ਗੁਰੂ ਕੇ ਸਿੱਖ ਨੇ ਕਈ ਦੀ ਨਹੀਂ ਛੱਡਣਾ ਪੰਜੇ ਬਾਣੀਆਂ ਦਾ ਨਿਤਨੇਮ ਨਹੀਂ ਛੱਡਣਾ ਵੱਧ ਤੋਂ ਵੱਧ ਆਸਾਂ ਦੀ ਵਾਰ ਸੁਖਮਨੀ ਸਾਹਿਬ ਦੇ ਪਾਠ ਕਰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਸੈਂਚੀ ਜੋ ਦਰਸ਼ਨ ਕਰਕੇ ਘੱਟੋ ਘੱਟ 10 ਅੰਗ 20 ਅੰਗ ਕਰਕੇ ਕੰਮ ਤੇ ਜਾਣਾ ਪੜ੍ਹਾਈ ਤੇ ਜਾਣਾ ਉਸਦੇ ਨਾਲ ਤੁਹਾਨੂੰ ਦੁਨਿਆਵੀ ਤਰੱਕੀ ਵੀ ਮਿਲੇਗੀ ਸੰਸਾਰ 'ਚ ਵੀ ਝੋਰਾ ਨਹੀਂ ਪਵੇਗਾ। ਇਹੀ ਫਰਕ ਹੈ ਗੁਰੂ ਕੇ ਸਿੱਖ ਦੇ ਅੰਦਰ ਤੇ ਬਾਕੀ ਧਰਮਾਂ ਦੇ ਅੰਦਰ। ਅਸੀਂ ਜਦੋਂ ਆਪਣਾ ਨਿਤਨੇ ਵਾਲਾ ਗੁਟਕਾ ਖਤਮ ਕਰਕੇ ਦੁਬਾਰਾ ਸੋ ਜਾਂਦੇ ਹਾਂ 6 ਵਜੇ ਤਾਂ ਲੋਕੀ ਉੱਠਦੇ ਕਹਿੰਦੇ ਸਿੰਘ ਤਾਂ ਸੁੱਤੇ ਪਏ ਨੇ ਉਹਨਾਂ ਨੂੰ ਕੀ ਪਤਾ ਗੁਰੂ ਦੀ ਬਖਸ਼ਿਸ਼ਾਂ ਲੈ ਕੇ ਇਹ ਤੇ ਆਪਣਾ ਕਾਜ ਪਵਿੱਤਰ ਕਰਕੇ ਗੁਰੂ ਦੇ ਦਰ ਦੇ ਉੱਤੋਂ ਖੁਸ਼ੀਆਂ ਲੈ ਕੇ ਪਏ ਨੇ। ਸੋ ਖਾਲਸਾ ਜੀ ਅੰਮ੍ਰਿਤ ਵੇਲੇ ਦੀ ਦਾਤ ਗੁਰੂ ਤੋਂ ਜ਼ਰੂਰ ਮੰਗਣੀ ਹੈ। ਗੁਰੂ ਕੇ ਜਿੰਨੇ ਸਾਡੇ ਪੁਰਾਤਨ ਸਿੰਘ ਹੋਏ ਨੇ
ਬਾਬਾ ਦੀਪ ਸਿੰਘ ਜੀ, ਬਾਬਾ ਮੁੰਡਾ ਜੀ, ਮਹਾਨ ਜਰਨੈਲ ਬਾਬਾ ਹਨੂੰਮਾਨ ਸਿੰਘ ਜੀ ਵਰਗੇ, ਪੌਣੇ ਦੋ ਵਜੇ, ਸਾਢੇ ਬਾਰਾਂ ਵਜੇ, ਆਹ ਨਿਤਨੇਮ ਰਹੇ ਨੇ ਉਹ ਮਹਾਂਪੁਰਖਾਂ ਦੇ। ਸੋ ਅੰਮ੍ਰਿਤ ਵੇਲੇ ਦੀ ਦਾਤ ਗੁਰੂ ਤੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਚੱਲਿਆ ਪਾਤਸ਼ਾਹ ਜਨਮ ਸਵਾਰ ਵਾਝਾ ਵਾਏ ਸੀ, ਤੇ ਅੰਮ੍ਰਿਤ ਵੇਲੇ ਜਿਹੜਾ ਨਾਮ ਜਪਦਾ ਹੈ ਉਹ ਆਪਣਾ ਚੱਲਿਆ ਸਾਰਾ ਜਨਮ ਆਪਣਾ ਪੱਤ ਕਹਿੰਦੇ ਨੇ ਇੱਜ਼ਤ ਦੇ ਨਾਲ ਸਵਾਰ ਕੇ ਵਾਝਾ ਵਾਏ ਸੀ। 33 ਕਰੋੜ ਦੇਵੀ ਦੇਵਤੇ ਉਹਨੂੰ ਲੈਣ ਆਉਂਦੇ ਨੇ, ਗੰਧਰਵ ਉਹਨੂੰ ਲੈਣ ਆਉਂਦੇ ਨੇ, ਉਹਦੀ ਜੈ ਜੈਕਾਰ ਹੁੰਦੀ ਹੈ। ਮਾਨਸ ਕਿਆ ਵਿਚਾਰਾ ਤੇ ਉਹ ਲੋਕ ਸੁਣਾਏ ਸੀ, ਉਸਦੀ ਸੰਸਾਰ ਦੇ ਉੱਤੇ ਬੰਦੇ ਕੀ ਸਿਫਤ ਕਰਨਗੇ। ਤਿੰਨੋਂ ਲੋਕ ਉਹਦੀ ਜੈ ਜੈਕਾਰ ਕਰਦੇ ਨੇ ਵੀ ਬੜਾ ਭਗਤ ਵਿਅਕਤੀ ਹੈ। ਦਸਵੇਂ ਪਾਤਸ਼ਾਹ ਦੇ ਵੇਲੇ ਮਹਾਰਾਜ ਨੇ 52 ਕਵੀਆਂ ਨੂੰ ਬਚਨ ਪੁੱਛਿਆ ਸੀ, ਕਵੀਓ ਰਾਜਾ ਕਬੀਰ ਦੇ ਸਮੇਂ ਰਾਜਾ ਕੌਣ ਸੀਗਾ। 52 ਕਵੀ ਬੜੇ ਵਿਦਵਾਨ ਸੀਗੇ, ਉਹ ਚੁੱਪ ਕਰ ਗਏ, ਕਹਿੰਦੇ ਮਹਾਰਾਜ ਸਾਨੂੰ ਤਾਂ ਨਹੀਂ ਪਤਾ ਵੀ ਰਾਜਾ ਕੌਣ ਸੀਗਾ। ਤੇ ਮਹਾਰਾਜ ਕਹਿੰਦੇ ਕਬੀਰ ਜੀ ਦਾ ਨਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਕਿਉਂਕਿ ਜਿਹੜੇ ਭਗਤ ਹੁੰਦੇ ਨੇ ਉਹਨਾਂ ਦਾ ਨਾਂ ਸੰਸਾਰ ਦੇ ਉੱਤੇ ਜੁਗਾਂ ਜੁਗਾਂਤਰਾਂ ਤੱਕ ਰਹਿੰਦਾ ਤੇ ਸਦਾ ਹੀ ਵੱਜਦਾ। ਧਰੂ ਤਾਰਾ ਦੇਖ ਲਓ, ਸੰਸਾਰ ਇਹ ਸਾਰੇ ਤਾਰਿਆਂ ਤੋਂ ਉਹ ਗਲੈਕਸੀ ਦੇ ਅੰਦਰ ਉੱਚਾ ਹੈ। ਉੱਚਾ ਕਿਉਂ ਹੈ? ਕਿਉਂਕਿ ਧਰੂ ਨੇ ਭਗਤੀ ਕੀਤੀ ਹੈ। ਜਿਨ੍ਹਾਂ ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹ ਸੰਸਾਰ 'ਚ ਉੱਚੇ ਪੱਧਰ ਦੇ ਰਹਿਣਗੇ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਤੇ ਅੱਗੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ, ਮਹਾਰਾਜ ਵੀ ਉਹ ਇਕੱਲਾ ਸਿੱਖ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਇਕੱਲਾ ਉਹੀ ਤਰੂਗਾ? ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਉਚਾਰ ਰਹੇ ਨੇ, ਆਪ ਨਿਹਾਲ, ਉਹ ਆਪ ਦਾ ਨਿਹਾਲ ਹੋ ਹੀ ਗਿਆ, ਆਪਣਾ ਉਹਦਾ ਜੀਵਨ ਸਫਲ ਹੋ ਗਿਆ, ਸੱਚਖੰਡ ਦਾ ਵਾਸੀ ਬਣੇਗਾ ਉਹ। ਸਭ ਕੁਲ ਤਾਰ ਸੀ, 21 ਕੁਲਾਂ ਤਾਰ ਤਰ ਜਾਣਗੀਆਂ ਉਹਦੀਆਂ, 7 ਸਹੁਰਿਆਂ ਦੀਆਂ, 7 ਆਪਣੀਆਂ ਤੇ 7 ਨਾਨਕਿਆਂ ਦੀਆਂ। 21 ਕੁਲਾਂ ਨੂੰ ਉਹ ਤਾਰ ਦੇਵੇਗਾ ਭਗਤ ਜਿਹੜਾ ਭਗਤੀ ਕਰੇਗਾ। ਤੇ ਖਾਲਸਾ ਜੀ, ਅੱਜ ਅਸੀਂ ਸਾਰੇ ਭਾਈ ਸਾਹਿਬ ਜੀ ਹੋਰਾਂ ਦੇ ਘਰ ਆਏ ਹਾਂ, ਅਸੀਂ ਅਰਦਾਸ ਕਰੀਏ ਇਹਨਾਂ ਦੇ ਪਰਿਵਾਰ ਨੂੰ, ਮਹਾਰਾਜ ਉਹ ਦਾਤ ਬਖਸ਼ਣ, ਸਿੱਖੀ ਦੀ ਦਾਤ ਜਿਸ ਦੇ ਨਾਲ 21 ਕੁਲਾਂ ਤਰ ਜਾਂਦੀ ਹੈ। ਕਿਉਂਕਿ ਅਸੀਂ ਮੰਗਾਂਗੇ ਕੀ ਮੰਗਾਂਗੇ, ਗੱਡੀ ਮੰਗ ਲਾਂਗੇ, ਘਰ ਮੰਗ ਲਾਂਗੇ, ਨੌਕਰੀ ਹੋਰ ਵਧੀਆ ਮੰਗ ਲਾਂਗੇ, ਪਰ ਮਹਾਰਾਜ ਕਹਿੰਦੇ ਮੈਂ ਤੇਰੀਆਂ 21 ਕੁਲਾਂ ਤਾਰਨ ਨੂੰ ਤਿਆਰ ਹਾਂ। ਤੂੰ ਉਹ 21 ਕੁਲਾਂ ਤਰਵਾਉਣ ਲਈ ਕੇਵਲ ਇੱਕੋ ਕੰਮ ਕਰਨਾ ਹੈ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੈ, ਗੁਰੂ ਕੀ ਬਾਣੀ ਪੜ੍ਹਨੀ ਹੈ, ਸੰਗਤ ਦੇ ਅੰਦਰ ਹਿਤ ਚਿੱਤ ਕਾਗਰ ਹੋ ਕੇ ਬੈਠਣਾ ਹੈ, ਸਾਵਧਾਨ ਹੋ ਕੇ ਸੰਗਤ ਦੇ ਅੰਦਰ। ਜਦੋਂ ਭੈਣਾਂ ਨੇ ਕੀਰਤਨ ਕੀਤਾ, ਭਾਈ ਸਾਹਿਬ ਹੋਰਾਂ ਨੇ ਕੀਰਤਨ ਕੀਤਾ, ਇਹ ਮਹਿਸੂਸ ਹੋ ਰਿਹਾ ਸੀ ਵੀ ਸੱਚਖੰਡ 'ਚ ਬੈਠੇ ਹਾਂ, ਇੱਕ ਖਿੱਲਾ ਹੀ ਵੀ ਨਹੀਂ ਲੱਗਿਆ, ਸਾਰੇ ਦਰਸ਼ਨ ਕਰਾ ਦਿੱਤੇ। ਇੱਕੋ ਵਾਰੀ ਹਜ਼ੂਰ ਸਾਹਿਬ ਦੇ ਵੀ ਦਰਸ਼ਨ ਹੋ ਗਏ ਸ਼ਬਦਾਂ ਦੇ ਅੰਦਰ, ਉਸੇ ਟਾਈਮ ਹੀ ਅਨੰਦਪੁਰ ਸਾਹਿਬ ਦੇ ਵੀ ਦਰਸ਼ਨ ਹੋਏ। ਸੱਚੇ ਪਾਤਸ਼ਾਹ ਮਹਾਰਾਜ ਦੀ ਜਿਹੜੀ ਸਿੱਖੀ ਹੈ ਸੰਗਤ ਦੇ ਅੰਦਰੋਂ ਹਰ ਇੱਕ ਦਾਤ ਪ੍ਰਾਪਤ ਹੁੰਦੀ ਹੈ, ਜੇ ਭਾਵਨਾ ਹੋਵੇ। ਸਾਡੀ ਖੇਡ ਸੁਰਤੀ ਦੀ ਹੈ, ਜੇ ਅਸੀਂ ਸੁਰਤੀ ਦੇ ਅੰਦਰ ਅੰਮ੍ਰਿਤ ਵੇਲੇ ਉੱਠ ਕੇ ਸਮਝਾਂਗੇ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ, ਮਹਾਰਾਜ ਦੀ ਮੁੱਖੋਂ ਉਚਾਰੀ ਬਾਣੀ ਪੜ੍ਹ ਰਹੇ ਹਾਂ, ਉਸ ਬਾਣੀ ਵੱਲ ਭਾਵਨਾ ਜੋੜਾਂਗੇ ਤੇ ਸਾਡਾ ਜੀਵਨ ਸਫਲਾ ਹੋਵੇਗਾ। ਇੰਨੇ ਕੁ ਬਚਨ ਪ੍ਰਵਾਨ ਕਰਨੇ ਸੰਗਤ ਜੀ। ਆਨੰਦ ਸਾਹਿਬ ਦਾ ਪਾਠ ਹੋਏਗਾ, ਉਪਰੰਤ ਅਰਦਾਸ, ਫਿਰ ਗੁਰੂ ਕਾ ਲੰਗਰ। ਆਓ ਸੰਗਤ ਜੀ, ਸਾਰੇ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ, ਪਹਿਲਾਂ ਫਤਿਹ ਬੁਲਾਈਏ ਕਥਾ ਦੀ, ਵਿਚਾਰਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।